ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਟਾਈਮ ਹੈ ਜੀ ਮੋਰਨਿੰਗ ਦਾ, ਅਤੇ ਸਾਰੇ ਕੰਮ ਧੰਦੇ ਆਪਾਂ ਨੇ ਕਰ ਲਏ ਨੇਗੇ, ਸਾਰੇ ਕੰਮ ਧੰਦੇ ਆਪਾਂ ਨੇ ਕਰ ਲਏ ਨੇਗੇ। ਅਤੇ ਗੁਰਮਨ ਇੱਧਰ ਲਾ ਲਈ ਹੈ ਪੋਚੇ, ਸੁਖਮਨ ਪੜ੍ਹਾਈ ਕਰ ਰਹੀ ਹੈ, ਬੀਬੀ ਇੱਧਰ ਮਿਰਚਾਂ ਕੁੱਟ ਰਹੀ ਹੈਗੀ। ਤੁਹਾਨੂੰ ਅਸੀਂ ਦੱਸਿਆ ਹੀ ਹੈ ਵੀ ਸਾਡੇ ਲਾਲ ਮਿਰਚਾਂ ਜਿਹੜੀਆਂ ਨੇ ਖਤਮ ਹੋਈਆਂ ਹੋਈਆਂ ਨੇ, ਤਾਜ਼ੀਆਂ ਤੋੜ ਕੇ ਰਗੜ ਕੇ ਰੋਜ਼ ਪਾਉਣੇ ਆ। ਇੱਧਰ ਬਣੂਗੀ ਜੀ ਮਿੱਸੀ ਰੋਟੀ, ਵਿੱਚ ਇਹਦੇ ਪਾਇਆ ਹੋਇਆ ਗਾ ਮੱਕੀ ਦਾ ਆਟਾ, ਬੇਸਣ ਦਾ, ਕਣਕ ਦਾ, ਥੋੜ੍ਹੀ ਜਿਹੀ ਵਿੱਚ ਹਲਦੀ ਪਾ ਦਿੱਤੀ ਆ। ਹੁਣ ਬੀਬੀ ਨੇ ਮਿਰਚਾਂ ਰਗੜਦੀ ਹੈ, ਰਗੜੀ ਵੀ ਮਿਰਚਾਂ ਮੁੱਕ ਗਈਆਂ, ਹੋਰ ਰਗੜ ਕੇ ਡੱਬੀ 'ਚ ਪਾਈਆਂ ਹੋਈਆਂ ਸੀਗੀਆਂ, ਹੁਣ ਰਗੜ ਕੇ ਮਿਰਚਾਂ ਪਾ ਰਹੀ ਹੈ ਬੀਬੀ। ਅਤੇ ਇੱਧਰ ਸਾਰੇ ਪਾਰੇ ਕੰਮ ਲੱਗੇ ਹੋਏ ਨੇਗੇ, ਅਤੇ ਸੁਖਮਨ ਅੱਧੇ ਘਰ 'ਚ ਸੁਖਮਨ ਸਫਾਈਆਂ ਕਰਦੀ ਹੈ ਛੁੱਟੀ ਵਾਲੇ ਦਿਨ, ਅੱਧੇ 'ਚ ਗੁਰਮਨ ਕਰਦੀ ਹੈ। ਅਤੇ ਇੱਧਰ ਮੈਂ ਹੁਣ ਭਾਂਡੇ ਮਾਂਜ ਕੇ ਹਟੀ ਹਾਂ, ਅਤੇ ਇੱਧਰ ਮੈਂ ਕੱਚਾ ਵਿਹੜਾ ਸੰਭਰ ਦਿੱਤਾ, ਪੱਟਿਆ ਵਾਲਾ ਗਿਆ। ਸਾਡੇ ਮੀਂਹ ਕੱਲ੍ਹ ਬਿਲਕੁਲ ਨਹੀਂ ਆਇਆ, ਬਹੁਤ ਸਾਰੀਆਂ ਭੈਣਾਂ ਵੀਰ ਕਹਿ ਰਹੇ ਨੇ ਵੀ ਸਾਡੇ ਮੀਂਹ ਆਇਆ ਹੈ ਨਾ। ਅੰਮ੍ਰਿਤ ਦੀ ਵੀ ਵੀਡੀਓ ਛੋਟੀ ਜਿਹੀ ਪਾਈ ਹੋਈ ਸੀ, ਉੱਥੇ ਵੀ ਮੀਂਹ ਆਇਆ, ਘਾਸੀ ਵਾਲ ਵੀ ਮੀਂਹ ਆਇਆ, ਬਹੁਤ ਥਾਵੇਂ ਪਿੰਡਾਂ 'ਚ ਮੀਂਹ ਆਇਆ, ਪਰ ਸਾਡੇ ਨਹੀਂ ਆਇਆ। ਹੁਣ ਮੈਂ ਮੱਸਾਂ ਨਵਾਉਣੀ ਆਂਗੀ, ਫਿਰ ਆ ਸਾਡੀ ਮੱਝ ਖੁੱਲ੍ਹ ਗਈ, ਮੱਸਰਦਾਨੀ ਪਾੜਤੀ ਉਹਨੇ, ਚੱਲ ਹੁਣ ਤਾਂ ਹੈ ਨਹੀਂ, ਥੋੜ੍ਹਾ ਗਾ ਮੱਸਰ ਹੁਣ ਲਾ ਕੇ ਧੋਈ ਦੇਵਾਂਗੇ ਇਹਨੂੰ, ਫਿਰ ਸਿਉਂਕ ਧੋ ਕੇ ਸਿਉਂਕ ਰੱਖ ਦੇਵਾਂਗੇ, ਗਾਹਾਂ ਨੂੰ ਹੀ ਲਾਵਾਂਗੇ, ਹੁਣ ਤਾਂ ਹੈ ਨਹੀਂ ਇੰਨਾ ਮੱਸਰ ਜਿਹਾ। ਹੁਣ ਮੈਂ ਨਵਾਉਣੀ ਆ ਮੱਝਾਂ, ਅਤੇ ਸਰਦਾਰ ਜੀ ਆਪਣੇ ਕੰਮ ਕਰਨ ਵਾਲੇ ਕੰਮ ਕਰਦੇ ਨੇਗੇ, ਅਤੇ ਆਹ ਚਾਰ ਵਾਲੇ ਟੋਏ 'ਚ ਟੱਕਰ ਲਾ ਲਈ, ਚਾਰ ਅੱਜ ਸਰਦਾਰ ਜੀ ਨੂੰ ਪੱਟਣ ਦੀ ਲੋੜ ਨਹੀਂ, ਮੱਝ ਨਹੀਂ ਪੱਟਦਾ। ਅਤੇ ਇਸ ਤਰ੍ਹਾਂ ਆਪਣੇ ਸਫਾਈਆਂ ਹੋ, ਅਤੇ ਸਾਰਾ ਵਿਹੜਾ ਸਾਫ਼ ਹੋ ਗਿਆ, ਭਾਈ ਨੇ ਸਾਫ਼ ਕਰਤਾ ਅਤੇ ਗੁੜਤਾ ਸੀ। ਮੈਂ ਪਰਸੋਂ ਮੱਝ ਮਾਰਤਾ, ਅੱਜ ਫਿਰ ਮਾਰਤਾ ਕੱਦੂ ਦੀਆਂ ਵੇਲਾਂ, ਹੁਣ ਨਾ ਮਿਰਚਾਂ ਦੁਬਾਰੇ ਤੋੜ ਲਈਆਂ ਨੇ, ਕੇਰਾਂ ਲਾਲ ਅਤੇ ਦੁਬਾਰੇ ਲਾਲ ਹੋ ਗਈਆਂ ਨੇ, ਅਤੇ ਦੁਬਾਰੇ ਇਹਨਾਂ ਨੇ ਫੁੱਲ ਵੀ ਚੱਕ ਲਏ, ਹੋਰ ਫਲ ਚੱਕ ਲਿਆ, ਚਲੋ ਖਾਣ ਯੋਗ ਵੀ ਹੋ ਜਾਣਗੀਆਂ ਹੈ ਨਾ। ਆਹ ਕੱਦੂ ਦੀ ਵੇਲ ਦਾ ਫੁੱਟਿਆ ਹੀ ਦੁਬਾਰੇ, ਅਤੇ ਫਲ ਹੀ ਨਹੀਂ ਲੱਗਦਾ। ਅੱਜ ਹੈਗਾ ਸ਼ਨੀਵਾਰ, ਅੱਜ ਮੈਂ ਇਹਨੂੰ ਸਿੱਟਾ ਸੁੱਟਾ ਦਿੰਦੀ ਹਾਂ, ਸਿਉਣਾ ਧੋ ਕੇ, ਅਤੇ ਇਹਨੇ ਧੁੱਪ ਧੱਪ ਦਿੰਦੇ ਹਾਂ ਚੂੜੇ ਦੀ। ਹੁਣ ਤਾਂ ਲੱਗਦੇ ਨੇ ਕੱਦੂ ਜਿਹਾ ਲੱਗਿਆ ਪਿਆ, ਇੱਕ ਨਿਕਾ ਜਿਹਾ ਦੋ ਲੱਗਦੇ, ਇਹ ਤਾਂ ਪੂਰ ਚਾੜਨਗੇ ਹੁਣ ਤੱਕ, ਤਾਂ ਇਹਦੇ ਲੱਗ ਲੱਗ ਹੀ ਮੱਚੀ ਗਏ ਨੇ, ਲੋ ਵਾਲੀ ਪੈਂਦੀ ਤੀ, ਹੁਣ ਆਹ ਕਣੀਆਂ ਨਾਲ ਆਹ ਇੰਨਾ ਕੁ ਉੱਧਰ ਰਹਿ ਗਿਆ ਭਾਈ, ਨੱਕਾ ਬਾਦਲ ਨੂੰ ਵੱਗ ਗਿਆ, ਇਹ ਤਾਂ ਮੈਂ ਖੁਰਪੀ ਨਾਲ ਪੱਟ ਦੂੰ ਉੱਥੇ ਸੁਹਾਗੇ ਕੋਲੋਂ ਕੱਖ ਜੀ। ਅਤੇ ਇਸ ਤਰ੍ਹਾਂ ਆਪਣੇ ਕੰਮ ਧੰਦੇ ਹੋਈ ਜਾਂਦੇ ਨੇਗੇ, ਇਸ ਤਰ੍ਹਾਂ ਆਪਣੇ ਸਾਰੇ। ਅੱਜ ਛੁੱਟੀ ਹੈ ਬੱਚਿਆਂ ਦੇ ਸ਼ਨੀਵਾਰ ਹੈਗਾ, ਕਿਉਂਕਿ ਸਕੂਲ 'ਚ ਮੀਟਿੰਗ ਹੈਗੀ, ਅੱਜ ਮੀਟਿੰਗ 'ਤੇ ਜਾਵਾਂਗੇ, ਸਰਦਾਰ ਜੀ ਜਾਣਗੇ, ਅਤੇ ਸੁਖਮਨ ਵਗ ਜੀ ਚਾਹੇ ਗੁਰਮਨ ਵਗ ਜੀ ਨਾਲ, ਚਾਹੇ ਦੋਨੇ ਵਗ ਜਾਣ ਹਨ, ਅਤੇ ਮੀਟਿੰਗ 'ਤੇ ਜਾਣਗੇ। ਅਤੇ ਕੱਲ੍ਹ ਦੀ ਛੁੱਟੀ ਹੈ ਐਤਵਾਰ ਦੀ, ਪਰਸੋਂ ਨੂੰ ਵੀ ਛੁੱਟੀ ਹੈ, ਤਿੰਨ ਛੁੱਟੀਆਂ ਆ ਗਈਆਂ, ਟਿਊਸ਼ਨ 'ਤੇ ਵਗ ਜਾ ਕਰਨਗੀਆਂ। ਟਿਊਸ਼ਨ 'ਤੇ ਛੁੱਟੀ ਨਹੀਂ ਹੈਗੀ, ਸਕੂਲ 'ਚ ਹੈਗੀ ਆ, ਤਿੰਨ ਛੁੱਟੀਆਂ ਨੇ। ਅਤੇ ਆਪਾਂ ਨਵਾਉਣਾ ਜੀ ਹੁਣ ਮੱਝਾਂ, ਨਹੀਂ ਤਾਂ ਸਾਡੇ ਕੂਲਰ ਦੀ ਤਾਰ ਤੋੜਤੀ, ਗੱਲ ਕਰ ਕਰੰਟੋਂ ਬਚ ਰਹੀ ਮੱਝ, ਨੁਕਸਾਨ ਹੋ ਬਚ ਗਿਆ ਇੰਨਾ ਸ਼ੁਕਰ। ਅਤੇ
ਬਚ ਗਈ ਜੇ ਕਰੰਟ ਨਾਲ ਲੱਗ ਜਾਂਦੀ। ਮੈਂ ਹੈ ਵੀ ਵੱਡੀ ਤੀ ਆ, ਭਾਰੀ ਮੁੱਲ ਦੀ ਸੀਗੀ। ਅਤੇ ਵੈਸੇ ਆਪਣੀਆਂ ਮੱਝਾਂ ਸਾਰੀਆਂ ਵਧੀਆ ਨੇਗੀਆਂ, ਸੁੱਖ ਰੱਖੇ ਵਾਹਿਗੁਰੂ। ਜਦੋਂ ਸਰਦਾਰ ਜੀ ਨੇ ਕਿਹਾ ਕੂਲਰ ਦੀ ਤਾਰ ਤੋੜਤੀ, ਪਤਾ ਤਾਂ ਸਾਨੂੰ ਉਹਦੀ ਲੱਗ ਗਿਆ। ਫਿਰ ਦਾਣੇ ਕੰਨੀ ਆਉਂਦੀਆਂ ਨੇਗੀਆਂ, ਕੂਲਰ ਦੀ ਤਾਰ ਤੋੜਤੀ, ਮੱਛਰਦਾਨੀ ਪਾੜਤੀ। ਚਲੋ ਜੀ ਆਪਾਂ ਫਿਰ ਮਿਲ ਦਿਆਂਗੇ ਠਹਿਰ ਕੇ। ਅਤੇ ਨੇ ਬੀਬੀ ਮਿੱਸੀ ਰੋਟੀ ਬਣਾਉਂਦੀ ਆ, ਰੋਟੀ ਦੀ ਰੈਸਪੀ ਦਿਓ ਮਿੱਸੀ ਦੀ। ਅਤੇ ਸਵੇਰੇ ਮੈਨੂੰ ਆਟਾ ਨਹੀਂ ਗੁੰਨਣਾ ਦਿੱਤਾ, ਕਹੀਂ ਚਟਣੀ ਨਾਲ ਮਿੱਸੀ ਰੋਟੀ, ਨਾਲ ਨੂੰ ਘਿਓ, ਨਾਲ ਨੂੰ ਦਹੀਂ, ਨਾਲ ਨੂੰ ਖੱਟੀ ਲੱਸੀ, ਅਤੇ ਦੇਸੀ ਖਾਣਾ ਖਾ ਕੇ ਆਨੰਦ ਆ ਜਾਊ। ਠੀਕ ਆ ਜੀ। ਲਓ ਜੀ ਅਚਾਰ ਨਾਲ ਮਿੱਸੀ ਰੋਟੀ, ਆਹ ਚਟਣੀ ਨਾਲ ਚਿੱਬੜਾਂ ਹੀ ਚਟਣੀ, ਨਾਲ ਨੂੰ ਤਾਜ਼ਾ ਘਿਓ ਰਾਤ ਬਣਾਇਆ ਸੀਗਾ, ਅਤੇ ਬੇਸਣ ਨਾਲ ਮਿੱਸੀ ਰੋਟੀ। ਬੀਬੀ ਥੱਪ ਕੇ ਬਣਾਉਂਗੇ। ਛੁੱਟੀ ਕਰਕੇ ਬਣਾ ਲਈ ਜੇ ਤੂੰ, ਫਿਰ ਸੁਕਮਨ ਦੀਆਂ ਸੁਨੇਹਾਂ ਜਾਂਦੀਆਂ ਨੇ, ਹੈ ਨਾ। ਫਿਰ ਇਹ ਹੌਲ ਨਜ਼ਾਰੇ ਬਣਦੀ ਆ ਰੋਟੀ, ਫਿਰ ਆਹ ਮਿੱਸੀ ਰੋਟੀ ਨਾਲ ਸਕੂਲ 'ਚ ਲਿਜਾਈ ਨੇ, ਅਤੇ ਗਰਮ ਗਰਮ ਵਧੀਆ ਲੱਗਦੀ ਆ। ਮੈਂ ਸਿਨੇਮਾ ਹੁਣ ਜਾਂਦੀ ਸੀ, ਉਹ ਭਾਈ ਆ ਗਏ, ਮੈਂ ਸਕਣ ਕੂਲਰ ਖਰਾਬ ਹੋ ਗਿਆ ਰਾਤ ਮੱਝਾਂ ਵਾਲਾ, ਉਹ ਠੀਕ ਕਰਨ ਲੱਗ ਗਏ। ਮੈਂ ਫਿਰ ਮੈਸਾਂ ਡਰ ਕੇ ਭੱਜਣਗੀਆਂ, ਅਤੇ ਇਹਨਾਂ ਦੀ ਵਰਦੀ ਧੋ ਕੇ ਸਕਾਫ ਪਾਇਆ ਹੀ, ਮੈਂ ਇੰਨੀ ਚੰਗਾ ਰੋਟੀ ਖਾ ਲੈਂਦੀ। ਨਹੀਂ ਜੀ ਮੈਂ ਸੁਣਵਾਉਣ ਲੱਗ ਜਾਂ ਫਿਰ ਠੰਡੀ ਹੋ ਜਾਂਦੀ, ਨਾਲ ਨੂੰ ਖੱਟੀ ਲੱਸੀ ਹੈ। ਜੇ ਤੁਸੀਂ ਦਹੀਂ ਪਾਉਣੀ ਹੋਈ ਪਤਾ ਦਹੀਂ ਵੀ ਪਈ ਹੈ। ਠੀਕ ਆ ਚਲੋ ਜੀ ਆਪਾਂ ਰੋਟੀ ਖਾ ਲਈ, ਫਿਰ ਮਿਲ ਜਾਂਗੇ। ਆਪਾਂ ਮੱਝਾਂ ਨਵਾਉਣੀ, ਆਹੀ ਮੱਝ ਰਹਿ ਗਈ ਸੀਗੀ, ਰੋਟੀ ਰੁਟੀ ਖਾ ਕੇ ਗਰਮੀ ਆ ਤਾਂ ਬਹੁਤ ਆ, ਕਿਤੇ ਮੀਂਹ ਪਿਆ ਸੀ ਮੇਰੇ ਸਵੇਰੇ, ਇੰਨੇ ਬੱਦਲ ਵਾਰੀ ਸੀਗੀ। ਗਰਮੀ ਆਉਂਦੀਆਂ ਜਲੀਲੀ ਮਿੱਠੀਆਂ ਜਾਵੇ ਤੁਸੀਂ।
ਲਓ ਜੀ, ਆਪਾਂ ਨੇ ਤੜਕਾ ਲਾ ਦਿੱਤਾ ਸਬਜ਼ੀ ਨੂੰ। ਸਬਜ਼ੀ ਬਣਾਈ ਆਪਾਂ ਆਲੂ ਮਟਰ ਭੁੱਜੀ ਆ ਮਸਾਲਾ, ਕਿਉਂਕਿ ਅੱਜ ਇਕੱਲਿਆਂ ਕੇ ਬੀਬੀ ਪਾਠ ਕਰਦੀ ਸੀ। ਟਾਈਮ 4:15 ਹੋ ਗਏ ਨੇ ਜੀ, ਤਾਂ ਚੜ ਗਈ। ਮਸਾਲਾ ਮਟਰ ਉਹਦੇ 3-4 ਵਾਰੀ ਧੋਣੇ ਪੈਂਦੇ ਨੇ, ਵਧੀਆ ਸਾਫ਼ ਸਾਫ਼ ਹੋ ਗਏ। ਲਾਲ ਆਲੂ ਦਿੱਤੇ ਨੇ ਅੱਜ ਗੰਢਿਆਂ ਵਿੱਚ, ਸਰਦਾਰ ਜੀ ਪਹਿਲਾਂ ਪਏ ਸੀ, ਹੁਣ ਪਾਣੀ ਵਾਧਾ ਲਵਾ ਗਏ ਖੇਤ। ਥਕਾਵਟ ਹੋਈ ਪਿਆ ਕਰੇ, ਉੱਠਣ ਨੂੰ ਜੀ ਨਹੀਂ ਕਰਦਾ ਮੰਜੀ ਤੋਂ। ਆਪਾਂ ਸਬਜ਼ੀ ਧਰ ਦਿੱਤੀ ਹੈਗੀ ਆਲੂ ਮਟਰਾਂ ਦੀ, ਪਹਿਲਾਂ ਮੇਰੀ ਸਲਾਦ 'ਚ ਮੂੰਗੀ ਧਰਾਂਗੇ, ਫਿਰ ਬੀਬੀ ਨੇ ਮਟਰ ਲੈ ਲਏ ਅਤੇ ਮੂੰਗੀ ਜਮੀਨ ਧਰੀ ਆਈ ਤੀ। ਵਾਹ ਵਾਕਲ ਬਣ ਜਾਂਦਾ, ਕੀ ਕਰਨਾ ਆਪਾਂ ਨੂੰ, ਮੁੱਕਦੇ ਨਹੀਂ ਆ। ਮੈਂ ਨਾ ਪਲੇਟ ਨਹੀਂ ਲੈ ਕੇ ਗਈ, ਪਲੇਟ ਲੈ ਕੇ ਜਾਂਦੇ ਢੱਕਣ ਵਾਸਤੇ। ਥੋੜ੍ਹਾ ਜਿਹਾ ਪਾਣੀ ਹੋਰ ਪਾ ਦਿੰਦੀ, ਇਕੱਠਾ ਹੀ ਪਾਉਣੀ ਹੁੰਦੀ ਮੈਂ ਪਾਣੀ। ਧੁੱਪ ਬਹੁਤ ਆ ਗਈ, ਉਹ ਗੱਲ ਹੋਈ ਪਈ ਆ। ਬਿੰਦ 'ਚ ਭਾਦੋ ਜੀ 'ਚ ਬੱਦਲ ਕਰ ਲੈਣਾ, ਬਿੰਦ 'ਚ ਉਹ ਕਰ ਲੈਣਾ। ਸੱਸਰੀ ਝਿੜਕੀ, ਭਾਦੋ ਦੀ ਤਿੜਕੀ, ਨਾ ਪਹਿਲਾਂ ਵਾਲੀਆਂ ਸੱਸਾਂ ਰਹੀਆਂ ਨੇ। ਧੁੱਪ ਤਾਂ ਪਹਿਲਾਂ ਨੂੰ ਜ਼ਿਆਦਾ ਪੈਣ ਲੱਗ ਗਈ ਹੋਊਗੀ, ਅਤੇ ਪਰ ਹੋਵੇਗਾ। ਸਬਜ਼ੀ ਨੂੰ ਲਾ ਦਿੱਤਾ ਆਪਾਂ ਤੜਕਾ। ਭੈਣਾਂ ਨੂੰ ਬਹੁਤ ਸਾਰੀਆਂ ਨੂੰ ਮੱਝਰੀ ਫਿਕਰ ਹੈਗੀ, ਹੈ ਨਾ। ਡਾਕਟਰ ਦੇ ਗਿਆ ਦਵਾਈ, ਬੋਤਲਾਂ ਜੀਆਂ ਪੀਣ ਨੂੰ, ਕਹਿੰਦਾ ਸੈੱਟ ਹੋ ਜੂ ਇਹਦੇ ਨਾਲ। ਫਿਰ ਦੇਖੋ ਹੁਣ ਪੱਖਾ ਥੱਲੇ ਜਾਂਦੇ ਆਪਾਂ। ਅੱਜ ਇੱਥੇ ਵੀ ਲੜਾ ਹੈਗਾ, ਮੈਂ ਫੱਟੀ 'ਤੇ ਬਹਿ ਕੇ ਸਬਜ਼ੀ ਸੁਬਜ਼ੀ ਕੱਟੀ ਹੈਗੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ, ਬਹੁਤ ਹੀ ਜ਼ਿਆਦਾ ਗਰਮੀ। ਅਤੇ ਭੈਣਾਂ ਬਾਕੀ ਪੁੱਛਦੀਆਂ ਨੇ, ਹੈ ਨਾ, ਸਰਦਾਰ ਜੀ ਵਧੀਆ ਠੀਕ ਠਾਕ ਆ ਗਏ ਨੇ ਪਰ ਥਕਾਵਟ ਹੈਗੀ, ਅਤੇ ਕਿਉਂਕਿ ਚੜ੍ਹਾਈ ਬਹੁਤ ਹੈਗੀ, ਬਾਕੀ ਰਸਤਾ ਨਹੀਂ ਹੈਗਾ ਉੱਧਰ ਸਹੀ ਲੰਘਣ ਨੂੰ, ਹੈ ਨਾ, ਅਤੇ ਚੜ੍ਹਾਈ ਕਰਕੇ ਥਕਾਵਟ ਹੋਈ ਪਈ ਹੈਗੀ। ਕਹਿੰਦੇ ਪਹਿਲਾਂ ਨਹੀਂ ਅਸੀਂ ਇੰਨੇ ਔਖੇ ਹੋਏ ਸੀ ਹੈਗੇ ਕਿ ਬਹੁਤ ਔਖੇ ਹੋ ਜਾਣਗੇ, ਕਿਉਂਕਿ ਪਹਿਲਾਂ ਹੈ ਨਾ ਜੀ 20 ਸਾਲ ਦੇ ਸੀ ਜੋ ਸਰਦਾਰ ਜੀ ਗਏ ਨੇ, ਹੁਣ 40 ਸਾਲ ਦੇ ਹੋ ਗਏ, 20 ਸਾਲਾਂ ਮਰ ਗਏ ਨੇ। ਫਰਕ ਤਾਂ ਫਿਰ ਪੈਂਦਾ ਹੀ ਆ, ਹੈ ਨਾ, ਉਮਰ ਦੇ ਹਿਸਾਬ ਨਾਲ। ਚਲੋ ਕਿ ਰਜਾਇਆ ਹੈ ਨਾ, ਫਿਰ ਦੇਖੋ ਜੀ ਇੱਕ ਅੱਧੀ ਵਾਰ ਕਹਿੰਦੇ ਜਾਏ ਗਏ ਪਗ ਜਾਵਾਂਗੇ। ਚਲੋ 2 ਵਾਰੀ ਜਾਏ ਬਹੁਤ ਆ ਹਜ਼ੂਰ ਸਾਹਿਬ, ਤਾਂ ਇਹ ਜਾਏ 12-13 ਵਾਰੀ, ਅਤੇ 7-8 ਵਾਰ ਤਾਂ ਲਗਾਤਾਰ ਗਏ ਸੀਗੇ ਜਦੋਂ ਗੁਰਮਨ ਹੋਈ, ਉਦੋਂ ਬਾਅਦ ਇਹ 7 ਵਾਰੀ ਲਗਾਤਾਰ ਗਏ ਸੀਗੇ, ਅਤੇ ਸਾਰੇ ਦਰਸ਼ਨ ਕਰਿਆ ਇਹ ਗੁਰਦੁਆਰਿਆਂ ਦੇ, ਕਿਹੜਾ 5 ਤਖਤਾਂ ਦਰਸ਼ਨ ਕਰ ਲਏ ਨੇਗੇ। ਚਲੋ ਜੇ ਮਹਾਰਾਜ ਨੂੰ ਮਨਜ਼ੂਰ ਹੋ ਕਿਤੇ ਫਿਰ ਲੈ ਜਾਣਗੇ, ਹੈ ਨਾ।
ਤੇ ਆਪਾਂ ਜਦੋਂ ਕਹਿਣਾਗੇ ਵੀ ਬਖਸ਼ੀਏ ਹੋਰ ਤਾਂ ਜਾਇਆ ਨਹੀਂ ਜਾਂਦਾ, ਅਤੇ ਜਦੋਂ ਮਹਾਰਾਜ ਦਾ ਹੁਕਮ ਹੁੰਦਾ ਵੀ ਹੈ ਨਾ ਉਦੋਂ ਜਾਇਆ ਜਾਂਦਾ ਹੈਗਾ, ਅਤੇ ਜਦੋਂ ਕੋਈ ਸੰਗਤ ਜਾਵੇ ਨਾਲ ਹੈ ਨਾ ਬਹਾਨੇ ਨਾਲ ਜਾਈਦਾ, ਇਕੱਲੇ ਤੋਂ ਨਹੀਂ ਜਾਈਦਾ ਹੈ ਨਾ। ਅਤੇ ਚਲੋ ਜੀ ਆਪਾਂ ਮਿਲਾਂਗੇ ਫੇਰ, ਸਬਜ਼ੀ ਨੇ ਆ ਜਾਣਗੇ ਘਰ, ਅਤੇ ਘਰ ਨਹੀਂ ਹੈਗਾ ਕੋਈ ਹੁਣ, ਬਸ ਮੱਝਾਂ ਦਾ ਟਾਈਮ ਹੋਇਆ ਪਿਆ, 4:30 ਹੋਣ ਵਾਲੇ ਨੇਗੇ, ਅਤੇ ਇੰਨੇ ਮੈਂ ਪਾਣੀ ਪਿਆਉਣੇ ਗੋਹਾ ਸਿੱਟਦੀ ਹਾਂ, ਇੰਨੇ ਆ ਜਾਣਗੇ ਦੇਖੋ ਆਉਣਗੇ ਇੱਕ ਦੇਖਦੇ ਫੋਨ ਕਰਕੇ, ਜੇ ਆ ਗਏ ਫਿਰ ਆਪਾਂ ਫਿਰ ਮਿਲਦੇ ਹਾਂ ਠਹਿਰ ਕੇ ਤੁਹਾਨੂੰ। ਸਾਨੂੰ ਆਏ ਰਿਸ਼ਤੇਦਾਰਾਂ ਦੀ ਆਉਣ ਦੀ ਸੰਭਾਵਨਾ, ਪਰ ਦੇਖੋ ਹੁਣ ਤੱਕ ਨਹੀਂ ਆਏ, ਜਦੋਂ ਫਿਰ ਤਾਂ ਆਵਾਜ ਬਾਅਦ ਤਾਂ ਕਿਹੜਾ ਆਉਣਗੇ। ਚਲੋ ਜੀ ਫਿਰ ਮਿਲਦੇ ਹਾਂ ਬਾਅਦ ਦੇ ਵਿੱਚ। ਕੱਟੀ ਪੀਂਦੀ ਹੈ ਸਾਰਾ ਦਿਨ, ਕੱਖ ਖਾਈ ਜਾਂਦਾ ਬਿਨ ਢਿੱਡਾ ਦੇ, ਸਾਰਾ ਦਿਨ ਕੱਖ ਖਾਈ ਫਿਰ ਪੱਖੇ ਤੋਂ ਬਣਾ ਹੋ ਕੁਦੀ ਫਿਰੇ ਅੱਜ ਤਾਂ ਕੋਈ ਨਾ ਉਧਰ ਪੈ ਟੁੱਟੀ ਲਵੇ ਦੂਜੀ ਨੇ ਵੀ ਘੱਟ ਪੀਤਾ ਸੀ, ਸਾਨੂੰ ਨਮਾਇਆ ਨਹੀਂ ਹੋਇਆ, ਪਾਣੀ ਖਰਾਬ ਬੈਠਾ ਹੁੰਦੀਆਂ ਨੇ, ਬਸ ਇਹ ਠੰਡਾ ਪਾਣੀ ਪੀਂਦਾ ਜਾ ਕਰਨਾ ਜੀ। ਆਪਣੀ ਮਟਰਾਂ ਦੀ ਸਬਜ਼ੀ ਬਣ ਗਈ ਆ, ਆਲੂ ਮਟਰ ਤੇ ਆਪਾਂ ਚੋਣਿਆ ਕੇ ਧਾਰ ਜਿਹੜੀ ਚੋਕੜ ਮੈਂ ਉਹਨੂੰ ਫੇਰ ਦੇਖਾਂਗੇ, ਪਹਿਲਾਂ ਉਹਨੂੰ ਦੂਜੀ ਨੂੰ ਚੋਵਾਂਗੇ। ਗਰਮੀ ਵਾਲੀ ਆ, ਪੱਖੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੈਗਾ, ਉੱਧਰ ਅੱਜ ਕੂਲਰ ਖਰਾਬ ਹੋ ਗਿਆ ਅਤੇ ਉਹ ਸਮਾਰ ਰਿਹਾ ਗਾ, ਨਹੀਂ ਤਾਂ ਹਵਾ ਵੱਧ ਗਈ ਕੂਲਰ ਦੀ, ਨਹੀਂ ਉਹ ਖੜਕਾ ਜਿਹਾ ਕਰਨ ਨੂੰ ਹਟ ਗਿਆ, ਵਾਇਰਿੰਗ ਖਰਾਬ ਹੋ ਗਿਆ ਸੀ ਕੂਲਰ ਦਾ। ਅਤੇ ਹੁਣ ਆਪਾਂ ਜੀ ਲਿਆਉਣੇ ਗੇ ਧਾਰ ਕੱਢ ਕੇ, ਅਤੇ ਧਾਰ ਕੱਢ ਕੇ ਫਿਰ ਆਪਾਂ ਕਰਦੇ ਹਾਂ, ਬਹੁਤ ਸਾਰੇ ਕੰਮ ਕਰਨ ਵਾਲੇ ਪਏ ਨੇਗੇ,
ਤੇ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਹਨਾ, ਜਿਹੜੀਆਂ ਨੇ ਰਾਏ ਦਿੱਤੀ ਆ ਵੀ ਤੁਸੀਂ ਮੱਝ ਨੂੰ ਆਹ ਪਾ ਲਓ ਜਾਂ ਆਹ ਪਾ ਦਿਓ। ਤੇ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਹੈਗੀ, ਭੈਣਾਂ ਨੇ ਨਾ ਕਈ ਭੈਣਾਂ ਨੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤਾ ਸੀ ਅੱਗੇ, ਭੈਣੇ ਮਾਂਜੇ ਨਾਲ ਖੁੱਲ੍ਹੀ ਨਹੀਂ ਸੰਭਲੀ ਹੁੰਦੀ, ਹੱਥ ਨਾਲ ਤਾਂ ਭੈਣੇ ਸੰਭਰੀ ਨਹੀਂ ਜਾਂਦੀ ਹੈਗੀ, ਮੈਂ ਤਾਂ ਹਰੇ ਰੋਜ਼ ਮਾਂਜੇ ਨਾਲ ਹੀ, ਸਾਰੇ ਸਾਡੇ ਆਂਢੀ ਗੁਆਂਢੀ ਸਾਰੇ ਮਾਂਜੇ ਨਾਲ ਸੰਭਰਦੇ ਨੇ। ਆਹ ਵੱਖਰੀ ਗੱਲ ਆ ਵੀ ਹਨਾ, ਵੀ ਆਥਣੇ ਕਹਿ ਦਿੰਦੇ ਰਾਤ ਨੂੰ ਮੱਛਾਂ ਥੱਲੇ ਮਾਂਜਾ ਨਹੀਂ ਮਾਰੀ ਦੇਣਾ, ਹੁਣ ਮੈਂ ਸਾਰਾ ਸੰਭਰ ਕੇ ਆਈ ਹਾਂ, ਇੱਕ ਵਾਰ ਮੈਂ ਮਾਂਜਾ ਨਹੀਂ ਲਾਊਂਗੀ, ਇੱਕ ਵਾਰ ਜਿਹੜਾ ਕੋਈ ਫੋਸ ਹੋਊ ਮੈਂ ਫੋੜ ਫੋੜੇ ਨਾਲ ਮਗਰ ਹਟਾ ਦੇਣੀ ਹੁੰਦੀ ਹੈਗੀ। ਅਤੇ ਜਿਵੇਂ ਹੁਣ 7 ਵਜੇ ਤੱਕ ਗੋਹਾ ਹੋਊਗਾ ਜਿਹੜਾ ਇੱਕ ਬੱਠਲ, ਉਹ ਵੀ ਮੈਂ ਭਰ ਕੇ ਵੀ ਬਾਹਰ ਰੂੜੀ ਨੇੜੇ ਹੈਗੀ ਹਨਾ, ਉਹ ਵੀ ਸੁੱਟਦਾ ਨਹੀਂ ਹੁੰਦੀ ਹਾਂ, ਕਿਉਂਕਿ ਫਿਰ ਮੈਂ 7 ਵਜੇ ਤੋਂ ਬਾਅਦ ਨਹਾਉਣੀ ਹੈਗੀ, ਵੀ ਚੱਲ ਰਾਤ ਨੂੰ ਮੱਝਾਂ ਗੋਹੇ 'ਤੇ ਬੈਠਣਗੀਆਂ ਲਿਬੜਨਗੀਆਂ ਹਨਾ। ਅਤੇ ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈਗਾ, ਮੈਂ ਕਦੇ ਅਸੀਂ ਕਦੇ ਇੰਨਾ ਖਾਸ ਵਹਿਮ ਜਿਹਾ ਵੀ ਨਹੀਂ ਕਰਿਆ ਜਿਹੜੀ ਗੱਲ ਦਾ ਹਨਾ। ਅਤੇ ਜਿਹੜਾ ਕੁਛ ਕਰਮਾਂ 'ਚ ਹੈਗਾ ਘਾਟਾ ਵਾਧਾ, ਹਰ ਹੀਲੇ ਮਿਲਣਾ ਹੀ ਮਿਲਣਾ ਹੈਗਾ। ਅਤੇ ਬਾਕੀ ਹੋਰ ਸਾਰੇ ਠੀਕ ਠਾਕ ਆ, ਇੰਨਾ ਫਿਕਰ ਕਰਦੇ ਹੋ ਤੁਸੀਂ ਮੇਰੀ ਮੱਝ ਦਾ, ਚਲੋ ਹਨਾ ਤੁਹਾਡੀਆਂ ਅਰਦਾਸਾਂ ਜਿਹੜੀਆਂ ਮੈਂ ਅਰਦਾਸਾਂ ਕਰਦੀ ਹਾਂ ਵਾਹਿਗੁਰੂ, ਵਾਹਿਗੁਰੂ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ, ਜਦੋਂ ਆਪਾਂ ਸੱਚੇ ਮਨ ਨਾਲ ਅਰਦਾਸ ਕਰਾਂਗੇ ਆਪਣੀ ਅਰਦਾਸ ਜ਼ਰੂਰ ਪੂਰੀ ਹੋਊਗੀ। ਅਤੇ ਵਾਹਿਗੁਰੂ ਦੇ ਘਰੇ ਕਹਿੰਦੇ ਹੁੰਦੇ ਨੇ ਦੇਰ ਆ ਹਨੇਰ ਨਹੀਂ ਹੈ ਨਾ। ਅਤੇ ਚਲੋ ਜੀ ਆਪਾਂ ਧਾਰ ਕੱਢ ਲਈਏ, ਫਿਰ ਮਿਲਦੇ ਹਾਂ ਆਪਾਂ ਤੁਹਾਨੂੰ। ਅਤੇ ਸਾਨੂੰ ਅੱਜ ਆਏ ਸੀ ਵੀ ਸਾਡੇ ਰਿਸ਼ਤੇਦਾਰ ਆਉਣਗੇ, ਰਿਸ਼ਤੇਦਾਰ ਆਏ ਨਹੀਂ ਹੈਗੇ, ਪਤਾ ਨਹੀਂ ਆਉਣਗੇ ਪਤਾ ਨਹੀਂ ਨਾ ਆਉਣਗੇ, ਇੱਕ ਬਾਅਦ ਤਾਂ ਹੁਣ ਕਿਹੜਾ ਆਉਣਗੇ, ਜੇ ਆਏ ਤੁਹਾਨੂੰ ਮਿਲਾਵਾਂਗੇ। ਅਤੇ ਆਪਾਂ ਬਾਅਦ 'ਚ ਮਿਲਦੇ ਹਾਂ, ਗੱਲ ਕਰਦੇ ਹਾਂ ਠਹਿਰ ਕੇ ਸਭ ਨਾਲ। ਫਿਰ ਆਪਾਂ ਨਾ ਧੋ ਕੇ ਖਾਂਦੇ ਹਾਂ ਜੀ ਰੋਟੀ, ਆਪਾਂ ਕਰਦੇ ਹਾਂ ਵੀਡੀਓ ਦਾ ਐਂਡ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਮਿਲਾਂਗੇ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ। ਅੱਜ ਦੀ ਵੀਡੀਓ ਚੈਨਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।